ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਕੁਛ ਫਰੂਟ ਪਲਾਂਟ ਮੰਗਵਾਏ ਆ ਔਨਲਾਈਨ, ਇਹ ਮੇਰੇ ਕੋਲ ਪਹੁੰਚੇ ਆ ਜੀ 10 ਦਿਨ ਦੇ ਬਾਅਦ, ਅਤੇ ਅੱਜ 10 ਦਿਨ ਹੋ ਚੁੱਕੇ ਆ। ਸੋਮਵਾਰ ਦੇ ਉਹਨਾਂ ਨੇ ਭੇਜੇ ਹੋਏ ਸੀਗੇ ਅਤੇ ਅੱਜ ਮੇਰੇ ਕੋਲ ਪਹੁੰਚੇ ਆ ਇਹ ਮੰਗਲਵਾਰ, ਅਤੇ ਖੋਲ੍ਹ ਕੇ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਇਹ ਆਪਣੇ ਕੋਲ ਆਏ ਆ। ਬਾਰਿਸ਼ ਹੋਣ ਦਾ ਕਰਕੇ ਨਾ ਗੱਤਾ ਸਾਰਾ ਹੀ ਇਹਦਾ ਜਿਹੜਾ ਗਲ ਚੁੱਕਾ ਆ, ਅਤੇ ਬੂਟਿਆਂ ਦੀ ਹਾਲਤ ਦੇਖਦੇ ਹਾਂ ਕਿ ਕਿਹੋ ਜਿਹੀ ਆ। ਸਭ ਤੋਂ ਪਹਿਲਾਂ ਹੈਗਾ ਜੀ ਇਹ ਸਵੀਟ ਕਰੌਂਦਾ, ਇਹ ਕਰੌਂਦੇ ਦਾ ਬੂਟਾ ਆ। ਇਹਦੇ ਪੱਤਿਆਂ ਦਾ ਵੀ ਦੇਖੋ ਤੁਸੀਂ ਦੂਜੇ ਕਰੌਂਦੇ ਨਾਲੋਂ ਨਾ ਫਰਕ ਆ, ਇਹਦੇ ਪੱਤੇ ਜਿਹੜੇ ਬਹੁਤ ਜ਼ਿਆਦਾ ਹਾਰਡ ਆ ਅਤੇ ਕਾਫੀ ਜ਼ਿਆਦਾ ਮੋਟੇ ਆ, ਜਿਹੜੇ ਸਿੰਪਲ ਆਪਣਾ ਕਰੌਂਦਾ ਹੁੰਦਾ ਉਹਦੇ ਨਾਲੋਂ। ਇਹ ਕਰੌਂਦੇ ਦਾ ਹੋ ਗਿਆ। ਦੂਜਾ ਹੈਗਾ ਜੀ ਆਪਣਾ ਥਾਈ ਰੈੱਡ ਵਾਟਰ ਐਪਲ ਬੂਟਾ, ਇਹ ਵੀ ਸੋਹਣਾ ਆ, ਪੈਕਿੰਗ ਵੀ ਬਹੁਤ ਵਧੀਆ ਦੇਖੋ ਕੀਤੀ ਹੋਈ ਆ, ਅਤੇ ਬੂਟੇ ਦੀ ਹਾਲਤ ਵੀ ਕਾਫੀ ਠੀਕ ਆ, ਕਿਉਂਕਿ ਜਿੰਨਾ ਟਾਈਮ ਇਹਨਾਂ ਨੂੰ ਰਾਹ ਦੇ ਵਿੱਚ ਲੱਗਾ ਆ ਉਨਾ ਜ਼ਿਆਦਾ ਇਹ ਖਰਾਬ ਨਹੀਂ ਹੋਏ। ਇਹ ਹੈਗਾ ਆਪਣਾ ਥਾਈ ਜਾਮਨ, ਥਾਈ ਜਾਮੁਨ, ਥਾਈ ਵਾਈਟ ਜਾਮੁਨ ਭੇਜ ਦਿੱਤਾ ਆ ਉਹਨਾਂ ਨੇ, ਪਰ ਮੈਂ ਵਾਈਟ ਜਾਮੁਨ ਨਹੀਂ ਸੀ ਮੰਗਵਾਇਆ, ਇਹ ਮੈਂ ਉਹਨਾਂ ਨੂੰ ਹੁਣ ਦੁਬਾਰਾ ਜਿਹੜਾ ਆ ਭੇਜਦੀ ਹਾਂ ਇਹਦੇ ਬਾਰੇ, ਕਿਉਂਕਿ ਮੈਂ ਥਾਈ ਜਾਮੁਨ ਮੰਗਵਾਇਆ ਸੀ ਜਿਹੜਾ ਪਰਪਲ ਕਲਰ ਦਾ ਹੁੰਦਾ, ਉਹਨਾਂ ਨੇ ਵਾਈਟ ਭੇਜਤਾ। ਦੇਖੋ ਤੁਸੀਂ ਇਹਦੇ ਬਾਰੇ ਮੈਂ ਉਹਨਾਂ ਨੂੰ ਹੁਣ ਪੁੱਛਦੀ ਹਾਂ, ਕਿਉਂਕਿ ਮੇਰੇ ਕੋਲ ਥਾਈ ਜਿਹੜਾ ਵਾਈਟ ਜਾਮੁਨ ਆ ਇਹ ਪਹਿਲਾਂ ਹੀ ਹੈਗਾ ਆ। ਇਹ ਹੈਗਾ ਜੀ ਡਿਕੋ ਪੋਨ ਔਰੇਂਜ ਕਰਕੇ ਕੁਛ ਨਾਮ ਆ, ਹੋ ਸਕਦਾ ਮੇਰੇ ਕੋਲ ਲਫਜ਼ ਜਿਹੜੇ ਉਹ ਗਲਤ ਬੋਲੇ ਗਏ ਹੋਣ, ਪਰ ਇਹਦੀ ਵੀ ਹਾਲਤ ਜਿਹੜੀ ਆ ਉਹ ਕਾਫੀ ਵਧੀਆ ਆ ਬੂਟੇ ਦੀ, ਅਤੇ ਇਹ ਵੀ ਬਹੁਤ ਵਧੀਆ ਔਰੇਂਜ ਹੁੰਦਾ ਆ। ਅਸੀਂ ਕਦੀ ਫਰੂਟ ਤਾਂ ਇਹਦਾ ਨਹੀਂ ਖਾਧਾ, ਕਿਉਂਕਿ ਸਾਡੇ ਪੰਜਾਬ 'ਚ ਇਹਦਾ ਜਿਹੜਾ ਫਰੂਟ ਆ ਉਹ ਵੈਸੇ ਨਹੀਂ ਆਉਂਦਾ ਬਾਜ਼ਾਰ ਦੇ ਵਿੱਚ, ਪਰ ਕਲਕੱਤਾ ਸਾਈਡ ਜਿਹੜਾ ਇਹਦਾ ਫਰੂਟ ਆ ਉਹ ਕਾਫੀ ਮਿਲ ਜਾਂਦਾ ਆ। ਇਹਦੀ ਵੀ ਹਾਲਤ ਬਹੁਤ ਵਧੀਆ ਆ ਦੇਖੋ ਤੁਸੀਂ। ਅਤੇ ਇਹ ਜਿਹੜਾ ਜੀ ਆਇਆ ਗਿਫਟ ਪਲਾਂਟ, ਇਹ ਹੈਗਾ ਮਲਿਕਾ ਮੈਂਗੋ, ਇਹ ਮੈਂ ਨਹੀਂ ਸੀ ਮੰਗਵਾਇਆ, ਇਹ ਉਹਨਾਂ ਨੇ ਜਿਹੜਾ ਗਿਫਟ ਭੇਜਿਆ ਆ ਮੈਨੂੰ। ਅਤੇ ਜੇ ਤੁਸੀਂ ਵੀ ਚਾਹੋ ਤਾਂ ਇੱਦਾਂ ਔਨਲਾਈਨ ਬੂਟੇ ਮੰਗਵਾ ਸਕਦੇ ਹੋ, ਵੈਸੇ ਮੈਂ ਡਰੈਸ ਵਗੈਰਾ ਤਾਂ ਹਜੇ ਨਹੀਂ ਦੇ ਰਹੀ, ਪਰ ਜੇ ਕਿਸੇ ਨੂੰ ਤੁਹਾਨੂੰ ਪਸੰਦ ਆਉਣ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਇੱਦਾਂ ਬੂਟੇ ਮੰਗਵਾਉਣ 'ਚ ਧੋਖਾ ਵੀ ਹੋ ਜਾਂਦਾ ਆ, ਇਸ ਕਰਕੇ ਆਪਾਂ ਕਿਸੇ ਦਾ ਜਿਹੜਾ ਡਰੈਸ ਵਗੈਰਾ ਨਹੀਂ ਦੇ ਰਹੇ ਹੈਗੇ। ਜੇ ਤੁਸੀਂ ਮੰਗਵਾਉਣਾ ਚਾਹੋ ਤਾਂ ਮੈਂ ਤੁਹਾਨੂੰ ਇਹਨਾਂ ਦਾ ਫੋਨ ਨੰਬਰ ਜਿਹੜਾ ਆ ਉਹ ਦੇ ਦੂੰਗੀ ਜੇ ਤੁਹਾਨੂੰ ਪਸੰਦ ਆਉਂਦੇ ਆ ਤਾਂ। ਅਤੇ ਹੁਣ ਮੈਂ ਇਹਨਾਂ ਨੂੰ 5-6 ਦਿਨ ਤੱਕ ਰੱਖੂੰਗੀ ਇਸੇ ਤਰ੍ਹਾਂ, ਅਤੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਜ਼ਮੀਨ 'ਤੇ ਜਿਹੜਾ ਲਗਾ ਦਾਂਗੇ। ਇਹ ਸਾਰੇ ਆਪਾਂ ਇਸ ਤਰ੍ਹਾਂ ਇੱਥੇ ਇਕੱਠੇ ਕਰਕੇ ਰੱਖ ਦਿੰਦੇ ਆ, ਸਿਰਫ ਕਰੌਂਦੇ ਦਾ ਬੂਟਾ ਥੋੜ੍ਹਾ ਪੀਲਾ ਹੋਇਆ, ਬਾਕੀ ਸਾਰੇ ਬੂਟੇ ਜਿਹੜੇ ਆ ਉਹ ਸਹੀ ਹਾਲਤ ਵਿੱਚ ਆ। ਜੇ ਤੁਹਾਨੂੰ ਸਾਡੇ ਬੂਟੇ ਵਧੀਆ ਲੱਗੇ, ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਿਓ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੁਛ ਹੋਰ ਵੀ ਪਲਾਂਟ ਮੰਗਵਾਉਣੇ ਆ, ਅਤੇ ਫਿਰ ਆਪਾਂ ਤੁਹਾਨੂੰ ਅੱਗੇ ਜਿਹੜੀ ਵੀਡੀਓ ਆ ਉਹ ਦਿਖਾ ਦਾਂਗੇ। ਧੰਨਵਾਦ ਜੀ, ਜਿਉਂਦੇ ਵਸਦੇ ਰਹੋ।